पचासी साल हो गए। ਉੱਥੇ ਸਾਰਾ ਪਰਿਵਾਰ ਉੱਥੇ ਰਹਿੰਦੇ, ਬੱਚੇ ਰਹਿੰਦੇ ਜੀ, ਭਤੀਜੇ ਰਹਿੰਦੇ ਸਾਰੇ। ਅੱਛਾ ਜੀ, ਸਾਰੇ ਉੱਥੇ ਰਹਿੰਦੇ ਆ। ਜੇ ਉੱਥੇ ਰਹਿੰਦੇ ਤਾਂ ਤੁਸੀਂ ਇੱਥੇ ਕਿੱਦਾਂ ਸਰ ਫੇਰ? ਅਸੀਂ ਛੋਟੇ ਜਿਹੇ ਸੀ ਉਸ ਟਾਈਮ ਦੇ ਵਿੱਚ, ਉਹ ਲੰਘੇ ਦੇ ਮੈਂ ਇਕੱਲੇ ਹੀ ਰਹਿ ਗਏ ਸੀ ਘਰ। ਅੱਛਾ ਜੀ। ਹਾਂਜੀ, ਇੱਕ ਮੇਰੀ ਬਾਸੀ ਸੀ, ਉਹਦੇ ਕਤਲ ਕਰਤਾ ਸੀ। ਅੱਛਾ। ਉਹਨੂੰ ਐ ਦਰਵਾਜ਼ੇ ਦੇ ਬੂਹਰੇ ਨਿਕਲ ਲੱਗਿਆ ਸੀ, ਉਹਦੀ ਗਰਦਨ ਲੱਗ, ਮੈਂ ਡਰਦਾ ਮਾਰਿਆ ਅੰਦਰ ਨੂੰ ਭੱਜ ਗਿਆ ਸੀ। ਅੱਛਾ ਜੀ। ਅੰਦਰ ਜਾ, ਇੱਥੋਂ ਫਿਰ ਬੰਦੇ ਗਏ, ਇਹਨਾਂ ਦਾ ਇੱਕ ਬੱਚਾ ਤੇ ਗੁਜ਼ਰ ਗਿਆ ਸੀ ਤਕੜਾ ਜਵਾਨ, ਇੱਕ ਦਿਨ ਪਹਿਲਾਂ। ਤੋ ਉਹ ਬੰਦਿਆਂ ਨੇ ਕਿਹਾ ਵੀ ਆਹ ਬੱਚੇ ਨੂੰ ਤੂੰ ਪਾਲ ਲੈ, ਇਹਨੂੰ ਲੈ ਜਾ। ਹਾਂਜੀ, ਧੰਨਵਾਦ ਜੀਰਾਂ ਨੇ ਮੈਨੂੰ ਪਾਲਿਆ, ਦੁਨੀਆਦਾਰੀ ਦੇ ਖਾਈਏ ਦਾ। ਉਦੋਂ ਵਾਧਾ ਧੰਨਵਾਦ ਇਹਨਾਂ ਦਾ, ਡਾਕਟਰ ਸਾਹਿਬ ਦਾ, ਜੀਰਾਂ ਨੇ ਇੱਥੇ ਤੱਕ ਪਹੁੰਚਾ ਦਿੱਤਾ, ਸਾਰਾ ਸਾਰਾ ਕੁਛ ਇਹਨਾਂ ਨੇ ਕਰਿਆ। ਬਾਕੀ ਧੰਨਵਾਦ ਪਿੰਡ ਵਾਲਿਆਂ ਦਾ, ਸਭ ਤੋਂ ਬੜਾ ਸ਼ੁਕਰਾਨਾ ਉੱਪਰ ਵਾਲੇ, ਸਾਰਾ ਸਭ ਤੋਂ ਵੱਡਾ ਉਹ ਮਾਲਕ ਦਾ, ਸੱਚੇ ਪਾਤਸ਼ਾਹ ਦਾ, ਜਿਹੜੇ ਹੋ ਤੱਕ ਮੈਨੂੰ ਇੱਥੇ ਰੱਖਿਆ। ਕਿਹੜੇ ਸਾਲ ਦੀ ਸਰ ਇਹ ਗੱਲ ਹੈਗੀ, ਕਿੰਨੇ ਸਾਲ ਤੋਂ ਹੋ ਗਏ? ਹਾਂਜੀ, 47 ਦੇ। ਹਾਂ, 1947 ਦੇ। ਹਾਂਜੀ, 1947 ਦੇ। 1947 ਦੇ ਵਿੱਚ। ਹਾਂਜੀ ਹਾਂਜੀ ਹਾਂਜੀ। ਕੌਣ ਸੀ ਤੁਹਾਡੇ ਭਰਾ ਭਾਈ, ਕਿੰਨੇ ਭੈਣ ਭਾਈ ਸੀ ਤੁਸੀਂ? ਅਸੀਂ 8 ਤੇ, 2 ਭੈਣਾਂ ਤੇ ਆ, 6 ਭਰਾ ਤੇ ਅਸੀਂ। ਤੁਸੀਂ ਇਕੱਲੇ ਇੱਥੇ ਹੀ? ਹਾਂ, ਇਕੱਲੇ ਹੀ ਇੱਥੇ ਰਹੇ। ਤੇ ਬਾਕੀ ਸਾਰੇ? ਬਾਕੀ ਸਾਰੇ ਲੰਘ ਗਏ। ਅੱਛਾ। ਹਾਂਜੀ। ਤੇ ਹੁਣ ਤੁਸੀਂ ਪਹਿਲੀ ਵਾਰ ਜਾ ਰਹੇ ਹੋ? ਹਾਂਜੀ। ਲਿਬਰਾ ਪਿੰਡ ਵਾਲੇ ਤੁਹਾਡੇ ਨਾਲ ਮਾਣ ਸਨਮਾਨ ਨਾਲ ਤੁਹਾਨੂੰ ਭੇਜਣ ਜਾ ਰਹੇ ਹੋ। ਹਾਂਜੀ ਹਾਂਜੀ। ਕਿੰਨੀ ਕੁ ਤੁਹਾਨੂੰ ਫਕਰ ਮਹਿਸੂਸ ਹੋ ਰਿਹਾ? ਇਹਨੂੰ ਮਹਿਸੂਸ ਤਾਂ ਬਹੁਤ ਖੁਸ਼ੀ ਹੋ ਰਹੀ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਵੀ ਇਹਨਾਂ ਨੇ ਇੱਦਾਂ ਪਾਲਾ ਕਰਿਆ ਮੇਰੇ ਵਾਸਤੇ। ਮੈਨੂੰ ਤਾਂ ਕੱਖ ਦਾ ਨਹੀਂ ਪਤਾ, ਸਾਰਾ ਕੁਛ ਜੋ ਕਰਿਆ ਇਹਨਾਂ ਨੇ ਕਰਿਆ ਬਸ। ਹਾਂਜੀ, ਮੈਨੂੰ ਨਹੀਂ ਪਤਾ ਕੁਛ ਵੀ ਕਿੱਦਾਂ ਹੋਣਾ ਨਹੀਂ ਕਿੱਦਾਂ ਨਹੀਂ, ਇਹ ਡਾਕਟਰ ਸਾਹਿਬ ਦੀ ਮਿਹਰਬਾਨੀ, ਸਾਰਾ ਕੁਛ ਇਹਨਾਂ ਨੇ ਕਰਿਆ। ਕੀ ਹੋਇਆ ਸੀ ਬਿਲਕੁਲ ਵੱਧ ਹੋ ਗਿਆ? ਪਰਿਵਾਰ ਨੇ ਕਦੀ ਲੱਭਣ ਦੀ ਕੋਸ਼ਿਸ਼ ਕੀਤੀ? ਹਾਂਜੀ ਹਾਂਜੀ, 2 ਵਾਰੀ ਆਏ ਨੇ, ਬਸ ਮੈਂ ਨੀ ਮਿਲਿਆ ਜੀ ਉਹਨਾਂ ਨੂੰ। ਮੈਂ ਕੰਮ ਕਾਰ ਦੇ ਵਿੱਚ ਗਿਆ ਸੀ, ਤਾਂ ਕਰਕੇ ਨੀ ਮਿਲਿਆ। ਗੁਲਜ਼ਾਰ ਸਿੰਘ ਦੇ ਜੀ ਉਹਨਾਂ ਨੇ ਕਰਿਆ, ਧੰਨਵਾਦ ਉਹਨਾਂ ਨੇ ਜਿਹਨਾਂ ਨੇ ਮੈਨੂੰ ਦੁਨੀਆਦਾਰੀ ਦਿਖਾਈ। ਬਾਕੀ ਬਾਤ ਕਰਦੇ ਹਾਂ, ਤੁਹਾਡਾ ਜਿਹੜਾ ਵੀਜ਼ਾ, ਉਹ ਵੀਜ਼ਾ ਕਿਹਨੇ ਲਵਾਇਆ? ਵੀਜ਼ਾ ਇਹ ਖੜੇ ਡਾਕਟਰ ਸਾਹਿਬ, ਇਹਨਾਂ ਨੇ ਲਵਾਇਆ। ਪਾਸਪੋਰਟ ਵੀ ਇਹਨਾਂ ਨੇ ਬਣਾਇਆ, ਵੀਜ਼ਾ ਵੀ ਇਹਨਾਂ ਨੇ ਲਵਾਇਆ। ਹਾਂਜੀ, ਮੈਨੂੰ ਤਾਂ ਪਤਾ ਹੀ ਨਹੀਂ, ਕੱਖ ਦਾ ਪਤਾ ਨਹੀਂ ਮੈਨੂੰ। ਉੱਧਰ ਪਾਕਿਸਤਾਨ 'ਚ ਉਹਨਾਂ ਨੂੰ ਪਤਾ ਕਿ ਤੁਸੀਂ ਆ ਰਹੇ ਹੋ? ਹਾਂਜੀ ਹਾਂਜੀ, ਪਤਾ ਹੀ ਉਹਨਾਂ ਫੂਰ ਆਉਂਦੇ ਉਹਨਾਂ ਦੇ, ਖੁਦਾ ਜਿਹਾ ਗੱਲਬਾਤ ਹੋ ਰਹੀ ਆ, ਗੱਲਬਾਤ ਹੋ ਰਹੀ। ਹਾਂਜੀ ਹਾਂਜੀ। ਤੇ ਹੁਣ ਤੁਸੀਂ ਜਿਹੜਾ ਵੀਜ਼ਾ, 3 ਮਹੀਨੇ ਦਾ ਵੀਜ਼ਾ ਲੱਗਿਆ, ਪਹਿਲਾਂ ਤੁਸੀਂ ਕਿੰਨੀ ਵਾਰ ਵਾਪਸ ਆਉਂਗੇ ਤੁਸੀਂ? ਅਸੀਂ 1 ਮਹੀਨੇ ਬਾਅਦ ਵਾਪਸ ਆਉਣਾ ਜੀ। 1 ਮਹੀਨੇ ਬਾਅਦ ਵਾਪਸ ਆਉਂਗੇ? ਹਾਂਜੀ। ਫਿਰ ਉਸ ਤੋਂ ਬਾਅਦ ਫੇਰ ਜਾਊਂਗੇ? ਹਾਂਜੀ, ਉਸ ਤੋਂ ਬਾਅਦ ਫੇਰ 2 ਮਹੀਨਾ ਰਹੇ? ਹਾਂਜੀ, ਹਾਂ 2 ਮਹੀਨੇ ਲਾ ਕੇ ਫੇਰ ਵਾਪਸ ਆਉਣਾ, ਫੇਰ ਵਾਪਸ ਆਉਂਗੇ। ਹਾਂਜੀ ਹਾਂਜੀ। ਦੀਵਾਲੀ ਤੁਸੀਂ ਇਸ ਵਾਰ ਉੱਥੇ ਮਨਾਉਣੀ ਚਾਹੁੰਦੇ ਹੋ? ਹਾਂਜੀ ਹਾਂ, ਉੱਥੇ ਆਪਣੇ ਪਰਿਵਾਰ ਦੇ ਵਿੱਚ ਹੀ।
बड़ी मेहरबानी है जी, मैनू इन्नी पाला करके बहुत धन्यवाद है इन्हों का। बाकी मालिक का धन्यवाद सच्चे पातशाह सब तो वड्डा बहुत बहुत तेज ने जी ओ मेरे नाल कहा तू आ का हाँ जी ओता रोज छोटे छोटे बच्चे भी कहते हैं अज का प्रोग्राम है जी ये आ कि एक छोटा सिंह जी उदों 7-8 साल के सी जो पार्टीशन हुई है मुल्क की घुंघराली राजपूतों नाल ही पिंड है वो सारा पिंड लगभग मुसलमाना का सी और इन्हों जो परिवार से वो पिछे वो खानदान जोड़ा हैगा गनी खान नबी खान के बिचों उन्होंने सिस्टर सी घुंघराली इन्हों के खानदान के चलो न पार्टीशन हुई नफरत सी लोग इधर उधर गए क्योंकि पूरी मुल्क पूरी दुनिया के मुल्क वंड होंगे पर ऐसा काम कित नहीं होया जो इतने इंडिया के होया इंडिया की पार्टीशन हुई दोए पासे नुकसान बहुत होया इन्हां चंगा पूरा भरिया परिवार सीगा और सारे यदि मासी का हथ ये दसण मुताबक उदों फड़िया होया सी मासी का उदों कतल करता है कि कहते यह हथ छड़ा के डरदा मारा भज के मकान के बिच वड़ गया किसी दरवाजे के ओले लुग गया क्योंकि उदों लोग जाते थे कई लुटन खातर जाते थे कई बचाने खातर जाते तो उस वेले रहम की कहता उस रब ने पाया वो बंदे दे मन दे विच साढ़े पिंड दे जिहड़े सीगे गुलजार सिंह जी कि उन्होंने की कहता वो लेके आए इनू इन्हों पालिया इतने लिया के साथ पिंड दे विच अपने बच्चों को पालिया उन्होंने और इनू दुनिया दिखाई हौली हौली चल इनू ये भी मेरा परिवार जिहड़ा उधर है मैनू मिल जाए इसदे लई तरद्दद की साढ़े डॉक्टर साहब ने सकीर मुहम्मद जी तो पहले वीडियो पाई यूट्यूब से यदि निशानियां दसिया यदा पिंड दसिया तो ये घरदिया ने उधरों कंटैक्ट किया फोन आने लगे तो की कहते ये यदि गलबात हो लगी फिर इनू की कहता मोबाइल लेके दिता दूजा वीडियो वाला ता कि फेस टू फेस भी गल हो एक दूजे को पछाणन जा हो उस तो उत्थे भी वह परिवार मिले दोए पासे इन्हां दी परिवारां दी मनां दे विच इन्नी खिच सी कि साढ़े परिवार का जी जिहड़ा विछड़िया सानूं मिल जाए इनू यह सी कि मैं इधर की कहते चाहे बेशक परिवार वांगू इनू मिले प्यार मिले पर यह सी कि मेरा खानदान सारा उत्थे है मैं एक ना एक दिन जाके उन्हां नूं मिलना अजे उस शुकराना उस अल्लाह ताला दा उस वाहिगुरू दा कि उन्हें यह वक्त लियांदा तो वह जो कोई जरिया बने डॉक्टर साहब बने जी रहमत उस अल्लाह ताला की मेहनत इन्हों की दुआवें इस बंदे दियाँ ज सारे पिंड के जोड़े भी सके सारे जिन्हें भी वह किए हरेक ने मदद की ताकि यह बिछड़े हुए अपने परिवार तो जाके मिल जाए अज वो दिन आ गया कि 70-75 साल तो पार्टीशन देख लो 47 तो लैके अज तक बेचारा इस तरह यह महसूस करता थी कि मैनू की कहता अपना परिवार मिल जाए तो रब ने कृपा की जी तुम सारे इकट्ठे हो सारे पिंड इन पूरी विदाऊगी दे रहा ठीक है ना जी इतों रवानगी करा रहे हैं पूरे सन्मान नाल कि उधरले बंद भी यह पता लग जाए कि इधर भी यह अपने परिवार से रहा रहे ये कोई कला नहीं सी इधर भी परिवार से रहा सारा पिंड खड़ता रहा हर दुख सुख से खड़ता रहा इन ब्याह भी होया इन चलो की कहता क्योंकि उदो गरीबी मार दावे से बच्चे सी नहीं तो की कहता मतलब हूँ इस टाइम यह कला सगा तो की सारा पिंड खड़ता तो हूँ भी अज भी देखो तुम किमें सारे पिंड ने वो किया अज जोड़ा है ये भी असी शॉर्ट नोट्स से जोड़ा यह काम किया है क्योंकि यदि इच्छा सी कि मैं दिवाली जी मनाव अपने खानदान से जाके मनाव दिवाली इधर भी मना रहे है पहली बार यह उन्होंने भी इच्छा थी भी साढ़े को दिवाली तो पहले पहले भेज दौ परसों जब वीजा लगे तो ही शॉर्ट नोट्स से असं प्रोग्राम बनाया ठीक है जी ये तुहाडा शुकराना मीडिया वालों का भी क्योंकि जे मीडिया ने यह गल चकी आ सोशल मीडिया ने जो यूट्यूब से किसी भी तरह इनू परिवार मिले उस सारे का ही सहयोग आ चाहे किसी ने कहे जा भी किया ठीक है ना सब का ये शुकराना बेचारे ने किया दुआवें कि मैं मेरा परिवार मिल जाए जो टाइम वक्त वो रब ने लिया थोड़ा सारे का बहुत बहुत धन्यवाद और असं दुआ करते हैं कि अपने परिवार को जाके मिले उन्होंने रहे उस तो बाद की कहते 3 महीने का यदा वीज़ा लगे जिन्ना टाइम इन्हें ला के आना आए तो उस तो बाद फिर जो है इतने आए तो भी जी है वेलकम करेंगे सारे पिंड के सहयोग के नाल लल्ला ने किसी तो कम लिया ये नहीं कह सकते कोई मूहरे होया किमें होया दुआव सारे दिया ने ठीक है चलो ये बेचारा इन्ने टाइम का सीगा सिस्टम पैंदा पैंदा करते करते हल हो गया कि वीजा इन्हों का लग गया पाकिस्तान का 3 महीने का वीज़ा मिल गया परमिशन मिल गई इन्हों और जिदू चाह 1 महीना रुक सकते हैं उ 1 महीने बाद वापस आना पैना
चलो ये भी चल अपने परिवार को जाके मिलो वो करके असं इतों पिंड ने सारे ने बेचारे कट्ठे होकर ताकि इनू यह महसूस ना हो तू कला है इतने परिवार इतने भी है ना पर जो खून हैगा उधर हैगा वो कितने ना कितने वाला तो मारता ही है ठीक है ना जो फॉरन कंट्री गए हुए मुड़ते तो है वापस कितने इतने भी इतने भी परिवार ने कोई एहसास नहीं होने दिता इन्होंने भी नहीं है नहीं वो पहला है सिस्टम लभे ही नहीं पहला तो कोई परिवार ही नहीं लभ्या कोई परिवार लभ्या नहीं परिवार का पता तुम देख लो 47 तो लैके इनका कट ऑफ सीगा मुड़ के अपने जिमें कह दी भी इन्हों की मैं उधरों जी गल उन्होंने समझ आई है वो कहने भी इन्हों की माँ भी जी इन्हों आवाजा मारती मरती चली गई सी जानी आखिरी सहां ते भी वो ये कहती रही है भी मेरा जिहड़ा एक पुत इंडिया च हैगा ये नहीं पता जिउंदा जां नहीं हैगा जानी एंड जो इन्होंने भाइयों ने दसी सी गल भी वह एंड ते भी इन्हों याद करती रही है हुण गल्लां इहो जिहियां हुंदियां कई बार जदों वीडियो ते गल मेरी उन्हां नाल हुंदी आ चलो इन्हों तो उन्नी गल दसी नहीं असं अजे कई बार साढ़े बच्चे बैठे भी रोन लग गए उन्होंने गल सुन के भी आह याद उन्होंने किते होणगे है अज अपना कोई फॉरन के गया हो अगर 15 साल बाद उन्दा पूरे आप कहने भी बल्ले बल्ले साडा फैमिली आ गए हूँ इन्ने साल बाद जो गुजर चुके उन्होंने तो मिलना तो ही नहीं उन्होंने ये आ भी जेडे चलो हूँ अपना खानदान बैठा उन्होंने जाके बंदा मिले उन्होंने बहुत चौ चढ़ा पिया पिंड वाले परसों ने फोन कर लगे पैने मैंने कहने भी की प्रोग्राम आ क्योंकि उन्होंने अद्धा पिंड उत्थे बॉर्डर ते आ रहा इन्होंने लैण दे लई कुछ कराची से कहने असं बाय एयर पहुँचांगे भी तुम इन्होंने दसो कि टाइम तुम छड़ रहे हो अपना कोई लागा देंगे आप कोशिश कर सकते हैं अगर कोशिश की अगर रिजेक्ट करने अपना की कसी आप कोशिश कर सकते हैं जिस तरह चलो इन्हों का वीजा लग गया ਗਾਹਾਂ ਵਾਸਤੇ ਹੋਰ ਦੇਖੀ ਜੋ ਕਿੱਦਾਂ ਸਿਸਟਮ ਚੱਲਦਾ ਹੈ ਇਹਨਾਂ ਦਾ ਕੀ ਮਨ ਕੀ ਹੈ ਵੀ ਜ਼ਿਆਦਾ ਸਮਾਂ ਆਪਣੇ ਪਰਿਵਾਰ ਨਾਲ ਜਿਹੜਾ ਹੈਗਾ ਅਖੀਰਲਾ ਸਮਾਂ ਆਪਣੇ ਪਰਿਵਾਰ ਨਾਲ ਬਤਾਉਣ ਦੇਖੋ ਇਹ ਗੱਲ ਹੈ ਜੀ ਹੁਣ ਜਿਸ ਦਿਨ ਦਾ ਵੀਜ਼ਾ ਲੱਗਿਆ ਉਹ ਤਾਂ ਉਸੇ ਦਿਨ ਦੇ ਮੈਨੂੰ ਫੋਨ ਤੇ ਫੋਨ ਲੱਗੇ ਹੋਏ ਨੇ ਕਰਨ ਕਹਿੰਦਾ ਤੁਸੀਂ ਯਾਰ ਕੱਲ ਨੂੰ ਹੀ ਛੱਡ ਦਿਓ ਅਸੀਂ ਕਿਹਾ ਕੱਲ ਨੂੰ ਫਿਰ ਇਹਨੂੰ ਪੁੱਛਿਆ ਕਿਵੇਂ ਆ ਇਹ ਕਹਿੰਦਾ ਮੇਰੀ ਦਿਲ 'ਚ ਇੱਛਾ ਵੀ ਮੈਂ ਜਾ ਕੇ ਦੀਵਾਲੀ ਉੱਧਰ ਹੀ ਦੇਖਾਂ ਅਸੀਂ ਤਾਂ ਜੇ ਕਹਿੰਦੇ ਸੀ ਵੀ ਤੂੰ ਹਫ਼ਤਾ ਕੁ ਰੁਕ ਜਾ ਜੇ ਵੀ ਦੀਵਾਲੀ ਨਿਕਲ ਲੈਣ ਤੇ ਫ੍ਰੀ ਹੋ ਕੇ ਕੰਮ ਕਰ ਦੇਵਾਂਗੇ ਕਹਿੰਦਾ ਨਹੀਂ ਵੀ ਮੇਰੇ ਦਿਲ 'ਚ ਇੱਛਾ ਵੀ ਮੈਂ ਵੀ ਉੱਧਰ ਜਾ ਕੇ ਦੀਵਾਲੀ ਦੇਖਾਂ ਹੁਣ ਬੱਚੇ ਉੱਧਰ ਯਾਦ ਕਰ ਰਹੇ ਨੇ ਸਾਰੇ ਹਰ ਰੋਜ਼ ਇਹਦੇ ਨਾਲ ਵੀਡੀਓ ਉੱਤੇ ਗੱਲ ਕਰਦੇ ਨੇ ਹਰ ਰੋਜ਼ ਬਿਨਾਂ ਨਾਗਾ ਪਾਏ ਤੁਸੀਂ ਨਾਲ ਜਾ ਰਹੇ ਇਹਨਾਂ ਨੂੰ ਛੱਡਣ ਬਿਲਕੁਲ ਇਹਨਾਂ ਨੂੰ ਬਾਰਡਰ ਤੇ ਛੱਡ ਕੇ ਆਵਾਂਗੇ ਦੇਖੋ ਜਦੋਂ ਇੱਥੇ ਤੱਕ ਲਿਆਂਦਾ ਵਿਚਾਰੇ ਨੂੰ ਹੁਣ ਆ ਵੀ ਉੱਥੇ ਬਾਰਡਰ ਤੱਕ ਵੀ ਨਾਲ ਛੱਡ ਕੇ ਆਈਏ ਕਿਉਂਕਿ ਜੇ ਹੁਣ ਇੱਥੇ ਹੀ ਆਪਾਂ ਕਰਤਾ ਵਿਚਾਰਾ ਰਾਜ ਕੋਈ ਹੋਰ ਦਿੱਕਤ ਆ ਗਈ ਕੋਈ ਰੋਲ ਜੇ ਹੁਣ ਇਹਨਾਂ ਨੂੰ ਵਿਚਾਰ ਨੂੰ ਇੰਨੀ ਸਮਝ ਹੈ ਨਹੀਂ ਗਈ ਆਪਾਂ ਪਚਾ ਦੀ ਉਹਨਾਂ ਦੇ ਹੱਥ ਕੇਰਾ ਡੋਰ ਫੜਾ ਦੀ ਮੁੜ ਕੇ ਸਮਝਾਂ